वीर जी, वीर जी, भाभी जी, मेरी भी सुन लो। मेरे को ना एक बड़ा वधिया सवाल आ, ते मैं तुहानू सारे नू सवाल दस दिनी आ, ते आंसर देना वा, बड़ा टाइम नहीं लाउणा। मतलब कि तू सारे नू जवाब दस, असीं सवाल दस दांगे। नहीं नहीं, इदां थोड़ा गल बनदी आ। नहीं नहीं नहीं, उत्थे बह जाओ तुसीं, मम्मी डैडी लागे चलो। ਉਹ ਡੈਡੀ ਜੀ ਵੀ ਆ, ਡੈਡੀ ਜੀ ਨੂੰ ਵੀ ਪੁੱਛਾਂਗੇ। ਜੋਗੀ ਬਣੇ, ਜੋਗੀ ਨਹੀਂ ਬਣੇ, ਉਹ ਕੀ ਬਣੇ ਆ, ਉਹ ਕੀ ਆਂਦੇ ਹੁੰਦੇ ਉਹਨਾਂ ਨੂੰ, ਮੰਤਰ? ਨਹੀਂ ਨਹੀਂ, ਉਹ ਜਿਹੜੇ ਕਰਦੇ ਆ, ਲੈ ਕੋਣਾ, ਚਲੋ ਤੇ ਬੋ ਸ਼ੇਖ, ਸ਼ੇਖ ਹੁੰਦੇ ਆ ਜਿਨ੍ਹਾਂ ਨੇ ਉਹ ਇਦਾਂ ਕਰਕੇ ਪਾਇਆ ਹੁੰਦਾ ਸਿਰ ਤੇ, ਪਟਕਾ ਜਾਂ ਥੱਲੇ ਸੁੱਟਿਆ। ਚਲੋ ਵਾਪਸ ਆ ਜਾ ਤੇ ਸਵਾਲ ਆ ਲੋਈਏ। ਪਹਿਲਾਂ ਦੱਸੋ ਉਹ ਚੁੱਪ, ਦੁਬਈ ਦੇ ਵਿੱਚ ਕੀ ਆਂਦੇ ਉਹਨਾਂ ਨੂੰ? ਸੁਦੀਪ ਉਹ ਨਹੀਂ ਬਣੇ, ਹਾਂਜੀ ਉਹੀ ਹੋਈ ਆ। ਚਲੋ ਬਾਬੂ, ਹੁਣ ਵੀਰ ਜੀ ਅੱਡ ਰਾਜੋ, ਚਲ ਬੈਠੇ ਹੀ ਆ, ਕੋਈ ਤੇ ਡੈਡੀ ਜੀ ਤੁਸੀਂ ਵੀ ਜਿਹੜਾ ਜਿਹੜਾ ਜਵਾਬ ਦੇ ਸਕਦਾ, ਠੀਕ ਆ। ਵੈਸੇ ਮੈਨੂੰ ਮਾਣ ਹੈਗਾ ਤਿੰਨ ਚਾਰ ਜਾਣਿਆਂ ਤੇ। ਆ ਜਾਓ ਵਿੱਕੀ, ਤਿੰਨ ਚਾਰ ਜਾਣੇ ਤੇ ਹੈਗੇ ਆ। ਹਾਂ ਤਿੰਨ ਚਾਰ ਜਾਣੇ ਤੇ ਹੈਗੇ ਆ। ਚਲੋ ਹੁਣ ਮੈਂ ਸਾਰਿਆਂ ਦੇ ਮਾਣ ਦਾ ਰੱਖਣਾ। ਤੁਸੀਂ ਇਦਾਂ ਜਵਾਬ ਨਹੀਂ ਦਿੰਦੇ ਹੁੰਦੇ, ਸਾਨੂੰ ਤਾਂ ਚਾਹੀਦਾ ਪਿੱਲੋ ਖਰਚਾ ਪਠਾ। ਲੈ ਡੈਡੀ ਜੀ, ਇਦਾਂ ਥੋੜਾ ਗੱਲ ਬਣਦੀ ਆ, ਪੈਸਾ ਤੋਂ ਅਗਲੇ ਨੂੰ ਗੱਲਾਂ ਤੁਸੀਂ ਜਾਓ, ਇਹ ਜੇ ਹੀ ਕੰਮ ਕਰ। ਡੈਡੀ ਜੀ ਜ਼ਿਆਦਾ ਉੱਡੋ ਨਾ, ਕੀ ਪਤਾ ਸਾਨੂੰ ਜਵਾਬ ਆਉਂਦਾ ਵੀ ਆ ਕਿ ਨਹੀਂ। ਨਹੀਂ ਨਹੀਂ, ਪਰ ਮੈਨੂੰ ਲੈ ਕੇ ਪੈਸੇ ਤੋਂ ਪਿੱਲੋ ਨਹੀਂ, ਤੇ ਤੂੰ ਰੈਕ ਕੀਤੀ ਹੋਣੀ ਆ। ਮੈਂ ਰੈਕ ਕਿਸੇ ਨਾਲ ਨਹੀਂ ਕੀਤੀ। ਮੈਨੂੰ ਨਾ ਇੱਕ ਗੱਲ ਦਾ ਡਾਊਟ ਹੈ, ਇਹ ਹੋਏ ਕਿ ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਤੁਹਾਨੂੰ ਆਲਰੇਡੀ ਸਾਰਿਆਂ ਨੂੰ ਪਤਾ ਹੋਵੇ ਤੇ ਮੇਰੀ ਬੇਇੱਜ਼ਤੀ ਨਾ ਹੋ ਜਾਏ। ਹਾਂ ਚੱਲ ਕੋਈ ਗੱਲ ਨਹੀਂ, ਜੇ ਹੋਜੀ ਥੋੜੀ ਬੋਤੀ ਤੇ ਤਾਂ ਕੀ ਆ। ਹੈ ਚੱਲ ਬੈ ਜਾ, ਹੋ ਜਾਣਾ 10 ਵੀ ਦੇ ਆ ਵਿੱਕੀ, ਬੈਠੋ ਉਹ ਬੈ ਜਾ ਭਰਾਵਾ। ਅੱਛਾ ਬੈ ਜਾ। ਹਾਂਜੀ ਹਾਂਜੀ, ਸਵਾਲ ਇਹ ਆ ਕਿ ਹੁਣ ਧਿਆਨ ਨਾਲ ਸੁਣੋ, ਮੈਂ ਰਿਪੀਟ ਨਹੀਂ ਕਰਨਾ ਕਿਉਂਕਿ ਰਿਪੀਟ ਕਰਨ ਦੀ ਮੇਰੀ ਆਦਤ ਨਹੀਂ ਹੈਗੀ। ਸਵਾਲ ਇਹ ਆ ਕਿ 1 ਤੋਂ ਲੈ ਕੇ 100 ਤੱਕ ਗਿੰਦੀ ਦੇ ਵਿੱਚ ਇੱਕ ਕਿੰਨੀ ਵਾਰੀ ਆਉਂਦਾ ਹੈ? ਜਿਹਨੂੰ ਪਤਾ ਵਾ ਉਹ ਹੱਥ ਖੜਾ ਕਰ ਦੇ। 1 ਤੋਂ ਲੈ ਕੇ 100 ਤੱਕ ਗਿੰਦੀ ਵਿੱਚ ਇੱਕ ਕਿੰਨੀ ਵਾਰੀ, ਇੱਕ ਕਿੰਨੀ ਵਾਰੀ ਆਉਂਦਾ ਵਾ? ਜਿਆਦਾ ਟਾਈਮ ਮੇਰੇ ਕੋਲ 10 ਵਾਰੀ ਕਿੰਨਾ? ਚਲ ਚਲ ਵੀ ਹੋ ਗਿਆ ਤੁਹਾਡਾ ਵੀ, ਤੁਸੀਂ ਦੱਸੋ ਆ ਵੇ ਗਿੰਨਣਡੇ ਹੁਣ। ਆ ਗਿੰਨਡੇ ਆ ਕਿ ਜਿਆਦਾ ਹੀ ਆਉਂਦੇ? ਚਲ ਤਾਂ ਕਿੰਨੇ? 14 15। ਲੈ ਨਹੀਂ ਨਹੀਂ ਨਹੀਂ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, 1 ਮਿੰਟ। ਨਹੀਂ ਨਹੀਂ, ਮੈਂ ਤਾਂ ਕਹਿੰਦੇ ਤੱਕ ਮੈਨੂੰ ਆਨਸਰ ਚਾਹੀਦਾ। ਸਵਾਲ ਪੁੱਛਿਆ ਤੇ ਸੀਰੀਅਸਲੀ ਹੋ ਗਿਆ, ਉਹ ਕਹਿੰਦਾ ਜਵਾਬ ਦਿਓ, ਆਪਾਂ ਆਪਣੇ ਜਵਾਬ ਦੇ ਉੱਤੇ ਕਾਇਮ ਰਹੋ। ਡੈਡੀ ਜੀ ਦਾ ਵਾ 10, ਡੈਡੀ ਜੀ ਦਾ 10 ਵਾਰੀ, ਕਾਕੇ ਦਾ ਇੱਥੋਂ ਪੁੱਛ ਸਭ ਤੋਂ ਪਹਿਲਾਂ ਆ ਵੇ ਇਧਰ ਇਹਨੀਆਂ ਗਿਣਤੀਆਂ ਹੋਣ, ਇਹ ਗਿਣਤੀਆਂ ਨਹੀਂ। ਡੈਡੀ ਦਾ 11 ਵਾਰੀ, ਡੈਡੀ ਦਾ 10 ਵਾਰੀ, ਮੰਮੀ ਦਾ 11 ਵਾਰੀ, ਚਲੋ 12 ਡਨ, ਡੈਡੀ ਜੀ ਦਾ 10 ਡਨ। ਤੁਸੀਂ ਵੀਰ ਜੀ, ਮੈਂ ਬਾਅਦ ਚ ਦੱਸੂਗਾ ਸਭ ਤੋਂ, ਚਲ ਤੁਸੀਂ ਦੱਸੋ। ਪਰ ਮੈਂ ਗਿਣਤੀ ਨਹੀਂ ਕਰਨ ਲਿਆ, ਇੱਕ ਕਿੰਨੀ ਵਾਰੀ ਆਉਂਦਾ? ਸਵਾਲ ਮਾਰਨ ਡੇ ਮਾਰਨ ਕਿੱਥੇ? ਚਲੋ ਮੇਰੀ ਗੱਲ ਸੁਣੋ, ਹੁਣ ਮੈਂ ਦਾਗੇ ਲੱਗੀ ਜੇ ਟਿਕ ਟਿਕ ਵਾਨ, ਟਿਕ ਟਿਕ ਟੂ, ਟਿਕ ਟਿਕ ਕਿੰਨੀ ਵਾਰੀ? 19 ਵਾਰੀ, ਜਵਾਬ ਨਹੀਂ ਦੱਸਣਾ ਐਗਜੈਕਟਲੀ, ਜਵਾਬ ਜਿਹੜਾ ਵਾ ਉਹ ਸਾਰੇ ਜਣੇ ਦੱਸਣਗੇ ਵੀਡੀਓ ਵੇਖਣ ਵਾਲੇ, ਠੀਕ ਆ? ਐਗਜੈਕਟਲੀ ਜਵਾਬ ਜਿਹੜੇ ਉਹ ਦੱਸਣਗੇ ਜਿਹੜੇ ਵੀਡੀਓ ਵੇਖਣ ਦੇ ਨੇੜੇ ਆ, ਤੇ ਇਹਦਾ ਆਨਸਰ ਵਾ ਜਿਹੜਾ ਮੈਨੂੰ ਪਤਾ ਵਾ, ਠੀਕ ਆ, ਜਿੰਨਾ ਮੈਂ ਇਹਦੇ ਬਾਰੇ ਸ਼ੁਰੂ ਤੋਂ ਪੜ੍ਹਿਆ ਵਾ, ਕਿਉਂਕਿ ਇਹ ਮੈਂ ਪੰਗੇ ਅੱਜ ਤੋਂ 8-10 ਸਾਲ 12 ਸਾਲ ਪਹਿਲਾਂ ਲੈ ਚੁੱਕਾ ਵਾਂ, ਇਹ ਕਰਕੇ ਮੈਨੂੰ ਇਹਦਾ ਜਵਾਬ ਪਤਾ ਵਾ, ਤੇ ਇਹਦਾ ਜਵਾਬ ਵਾ 21।
ਇੱਕ ਤੋਂ ਲੈ ਕੇ 100 ਤੱਕ ਆਵੇ ਕਦੀ 21 ਕਦੀ 15 ਕਦੀ 16 ਕਦੀ ਤੂੰ 22 ਹਾਂ ਆਵੇ ਕਿਤੇ ਚਲਾ ਗਈ ਨੰਬਰ ਬਣਾਉਣ ਦੇ ਆਪਣੇ ਸਾਰੇ ਹੀ ਕਹਿੰਦੇ ਨੇ ਜਿਹੜਾ ਠੀਕ ਹੋਏਗਾ ਉਹ ਸਾਡਾ ਸੁਣ ਸੁਣ ਇਹਦਾ ਜਵਾਬ ਹੈ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਵਿੱਚ 21 ਵਾਰੀ 11 1 ਤੋਂ ਲੈ ਕੇ ਤੇ 10 ਤੱਕ ਵਿੱਚ ਆ ਗਿਆ 2 ਵਾਰੀ 1 ਆ ਗਿਆ 11 ਵਾਲੀ ਲਾਈਨ ਦੇ ਵਿੱਚ ਇਹਦੇ ਵਿੱਚ ਤੁਹਾਡਾ ਆ ਗਿਆ 10 ਵਾਰੀ ਇਹਦੇ ਵਿੱਚ ਆ ਗਿਆ ਤਾਂ ਬਾਕੀ ਮਗਰ ਫੇਰ ਦੇ ਵਿੱਚ ਆ ਗਿਆ ਜਾ ਕੇ 2 ਵਾਰੀ 1 ਤੋਂ 10 ਤੱਕ ਬਾਕੀ ਵਾਲੀ ਦੇ ਵਿੱਚ ਫੇਰ ਆ ਗਿਆ 9 ਵਾਰੀ ਬਾਕੀ ਮੋਟਾ ਮੋਟਾ ਹਿਸਾਬ ਹੁਣ ਸਾਰੇ ਜਣੇ ਲਾਇਓ ਜੇ ਮੈਂ ਹੀ ਸਾਰਾ ਹਿਸਾਬ ਤਾਂ ਮੈਂ ਹੀ ਲਾ ਲਿਆ 100 ਦੇ ਨਾਲ ਵੀ ਲੱਗਦਾ 10 ਦੇ ਨਾਲ ਵੀ ਲੱਗਦਾ ਤੇ ਮੈਂ ਤਾਂ ਕਹਿਣ ਦੀ ਲੱਗੇ ਜਾਗੇ ਓਏ ਲੱਗੇ ਜਾਗੇ ਨਹੀਂ ਇਹੀ ਟਰੀਦਾ ਦੇ ਹੈ ਨਹੀਂ ਵੀ ਲੱਗੇ ਜਾਗੇ ਮੈਨੂੰ ਜਵਾਬ ਪਤਾ ਸੀਗਾ ਪਰ ਮੇਰੇ ਕੋ ਟਾਈਮ ਨਹੀਂ ਮਿਲਿਆ ਤਾੜੀਆਂ ਅਗਲੇ ਵਲੌਗ ਚ ਪੁੱਛਾਂਗੇ।